ਅੱਛੇ ਕਿ ਮੇਰੇ ਦਾਸ ਹੋਰ ਵੀ ਦਲੋਂ ਪੈਨਲ ਮਾਇਆ ਹਾਜ਼ਰ ਹੈ ਮੋੜ ਤੇ ਜੈਲ ਦਾ ਰਾਏ ਇਹ ਗੱਲ ਧਿਆਨ ਰੱਖਣਾ ਇਹ ਅੱਠ ਪਿੰਡਾਂ ਦਾ ਜੈਲ ਦਾ ਅੱਠ ਪਿੰਡਾਂ ਦਾ ਡੌਂਡੀ ਪਿੱਟੀ ਹੋਈ ਹੈ ਕੋਈ ਅਕਾਲੀ ਮੇਰੇ ਲਾ ਕੇ ਲੰਘ ਕੇ ਦਿਖਾਵੇ ਹੁਣ ਤਾਂ ਉਹੋ ਜਿਹੇ ਅਕਾਲੀ ਉਹੋ ਜਿਹੇ ਕਾਂਗਰਸ ਸੀ ਪਤਾ ਨਹੀਂ ਲੱਗਦਾ ਪਹਿਲੇ ਇੱਕ ਵਰਦੀ ਹੁੰਦੀ ਸੀ ਕਾਂਗਰਸ ਦੀ ਵੱਖਰੀ ਅਕਾਲੀ ਦਲ ਦੀ ਵੱਖਰੀ ਅਕਾਲੀ ਦਲ ਦਾ ਇਹ ਮੁੱਖ ਸੀ ਕਿ ਸਿਰ ਤੇ ਨੀਲੀ ਜਾਂ ਕਾਲੀ ਪੱਗ ਦਾੜਾ ਖੁੱਲ੍ਹਾ ਚਿੱਟਾ ਕਮੀਜ਼ ਪਜਾਮਾ ਅਤੇ ਉਹ ਗਾਂਧੀ ਟੋਪੀ ਪਾਉਂਦੇ ਅਤੇ ਖੱਦਰ ਦੀ ਕੁੜਤੀ ਪਾਉਂਦੇ ਕਾਂਗਰਸੀ ਹੁਣ ਉਹ ਜਿਹੇ ਪੱਗਾਂ ਕਾਂਗਰਸ ਦੀਆਂ ਉਹ ਜਿਹੇ ਪੱਗਾਂ ਅਕਾਲੀਆਂ ਦੀਆਂ ਅਤੇ ਜੋ ਕੋਈ ਫਿਰ ਇਹਨਾਂ ਵਾਪਰਿਆ ਤੁਸੀਂ ਵੇਖ ਲਓ ਆਪਣੀ ਅੱਖਾਂ ਸਾਹਮਣੇ ਜਿਹੜਾ ਬੰਦਾ ਪੈਰ ਹੀ ਛੱਡ ਜਾਵੇ ਜਿਹੜਾ ਪੈਰ ਹੀ ਛੱਡ ਜਾਵੇ ਨਤੀਜਾ ਕੁਝ ਨਿਕਲਦਾ ਹੈ ਜੋ ਕੁਝ ਆਪਣਾ ਨਿਕਲੇ ਪਿਛਲੀ 15 ਕਾ 3 ਰਹਿ ਗਏ ਚਲੋ ਇੱਕੋ ਮੋਟਰਸਾਈਕਲ ਚੱਲ ਜਾ ਕਰਨਗੇ ਸੌਖਾ ਜਦੋਂ ਕੋਈ ਬੰਦਾ ਆਪਣਾ ਧਰਮ ਛੱਡ ਪਵੇ ਆਪਣੀ ਵਰਦੀ ਛੱਡ ਪਵੇ ਆਪਣਾ ਅਸਲਾ ਛੱਡ ਪਵੇ ਔਰ ਇਹ ਕੁਝ ਹੁੰਦਾ ਜੋ ਕੋਈ ਸਾਡੇ ਨਾਲ ਵਾਪਰੀਏ ਸਾਡੇ ਬਜ਼ੁਰਗਾਂ ਨੇ ਖੂਨ ਦੇ ਕੇ ਪੱਠੇ ਛੱਡ ਕੇ ਫਿਰ ਅਕਾਲੀ ਦਲ ਕਾਇਮ ਕੀਤਾ ਹੈ ਅਤੇ ਉਹਦਾ ਪ੍ਰਧਾਨ ਜੇ ਬੇਅਮਰਤੀ ਹੋਵੇਗੀ ਤਾਂ ਫਿਰ ਕੁਝ ਹੋਣਾ ਜੋ ਕੁਝ ਹੋਏ ਖੈਰ ਆਪਣੀ ਗੱਲ ਉੱਤੇ ਆਵਾਂ ਡੌਂਡੀ ਪਿੱਟੀ ਇਸ਼ਤਿਹਾਰ ਲੱਗੇ ਹੋਏ ਨੇ ਕੋਈ ਅਕਾਲੀ ਮੇਰੇ ਇਲਾਕੇ ਨੂੰ ਲੰਘ ਕੇ ਵਿਖਾਵੇ ਤੇ ਜੇ ਕੋਈ ਲੰਘਦਾ ਕੁੱਟਦਾ ਮਾਰਦਾ ਜੁੱਤੀਆਂ ਮਾਰਦਾ ਤੂੰ ਮੇਰੇ ਇਲਾਕੇ 'ਚ ਕਿਵੇਂ ਆਏ ਤਾਂ ਸਭ ਤੋਂ ਪਹਿਲਾਂ ਦਾ ਨਿਸ਼ਾਨਾ ਮਿਲ ਸਕਿਆ ਕਿ ਸਭ ਤੋਂ ਪਹਿਲਾਂ ਜੈਲ ਦੇ ਵਿਛੜਾ ਮਾਰਨਾ ਹੈ ਇਹਦਾ ਸਭ ਤੋਂ ਜ਼ਿਆਦਾ ਹੱਥ ਚੁੱਕੀ ਹੋਈ ਆ ਇੱਕ ਮੋੜ 'ਤੇ ਪਹੁੰਚੇ ਆ ਸਤਿ ਸ਼੍ਰੀ ਅਕਾਲ ਬੁਲਾ ਕੇ ਚਲੇ ਗਏ ਕਿ ਤੁਹਾਡਾ ਨਾਂ ਵਿਸ਼ਨ ਸਿੰਘ ਆ ਉਹਨੇ ਆਖਿਆ ਹਾਂ ਉਹਨਾਂ ਨੇ ਤੁਸੀਂ ਜੈਲਦਾਰ ਉਹਨੇ ਆਖਿਆ ਹਾਂ ਸਾਢੇ 6 ਫੁੱਟ ਉੱਚੀ ਜਵਾਨੀ ਸਵਾ ਗਜ ਚੌੜੀ ਦੋ ਬੰਦੇ ਤੋਂ ਤਗੜਾ ਜੈਲਦਾਰ ਕਹਿੰਦਾ ਉਹ ਕਿਵੇਂ ਆਏ ਹੋ ਤੇ ਬਾਬਾ ਨੇ ਆਖਿਆ ਤੁਹਾਨੂੰ ਪਤਾ ਲੱਗਾ ਜੈਲਦਾਰ ਸਾਹਿਬ ਪੰਜ ਮਰੱਬੇ ਤੁਹਾਨੂੰ ਸਰਕਾਰ ਨੇ ਨਾਮ ਦੇਣੇ ਪੰਜ ਮਰੱਬੇ ਤੁਸੀਂ ਦੇਸ਼ ਭਗਤ ਨੂੰ ਫੜਾਇਆ ਪੰਜ ਮਰੱਬੇ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਆਖਿਆ ਤੇ ਥੋੜੇ ਨੇ ਮੈਨੂੰ 10 ਮਰਬੇ ਚਾਹੀਦੇ ਸੀ ਤੇ ਵੱਧ ਥੋੜੇ ਨੇ ਉਹਨਾਂ ਆਖਿਆ ਤੁਸੀਂ ਕੌਣ ਹੋ ਉਹਨਾਂ ਆਖਿਆ ਅਸੀਂ ਬੱਬਰ ਅਕਾਲੀ ਹਾਂ ਪਤਾ ਨਹੀਂ ਸਰਕਾਰ ਤੁਹਾਨੂੰ ਇਨਾਮ ਦੇਵੇ ਕਿ ਨਾ ਦੇਵੇ ਵੇਖੋ ਆਪਾਂ ਦੇਖਦੇ ਰਹੇ ਹਾਂ ਜਿਹੜਾ ਪਹਿਲਾਂ ਮੁੱਖ ਮੰਤਰੀ ਗਿਆ ਕਹਿੰਦਾ ਮੈਂ ਗੁਟਕਾ ਫੜ ਕੇ ਕਹਿੰਦਾ 15 ਦਿਨ ਨਸ਼ਾ ਮੁੱਕ ਜਾਵੇਗਾ ਆਪ ਤੁਰ ਗਿਆ ਨਸ਼ਾ ਨਹੀਂ ਮੁੱਕਿਆ ਨਸ਼ਾ ਨਹੀਂ ਮੁੱਕਿਆ ਆਪ ਤੁਰ ਗਿਆ ਬਾਬਰ ਨੇ ਆਖਿਆ ਜੈਲਦਾਰ ਸਾਹਿਬ ਭਾਵੇਂ ਅੰਗਰੇਜ਼ ਨੇ 5 ਮਰਬੇ ਦੇਣ ਦਾ ਐਲਾਨ ਕਰ ਦਿੱਤਾ ਹੈ ਸਰਕਾਰਾਂ ਐਲਾਨ ਕਰਦੀਆਂ ਤੇ ਪੂਰਤੀ ਨਹੀਂ ਪਾਉਂਦੀਆਂ ਤੇ ਸਾਨੂੰ ਭੇਜਿਆ ਕਿਸ਼ਨ ਸਿੰਘ ਗੜਗੱਜ ਨੇ 5 ਮਰਬੇ ਦੇਣ ਵਾਸਤੇ ਆਏ ਆ ਇਹ ਨਹੀਂ ਕਹਿ ਕੇ 4 ਗੋਲੀ ਛਾਤੀ 'ਚ ਪਾਰ ਹੋਈਆਂ ਬਹੁਤ ਟੁੱਟੇ ਟਾਹਣੇ ਘੁੰਮਦਾ ਜੈਲਦਾਰ ਜ਼ਮੀਨ ਤੇ ਡਿੱਗਿਆ ਇਹਦੀ ਘੋੜੇ ਨੂੰ ਪਕੜਿਆ ਇਹਦੇ ਮੋਢੇ ਥਲੀ ਦਾ ਬੰਦੂਕ ਆ ਉਹ ਤਾਰੀ 2-4 ਕਦਮਾਂ ਗਏ ਸਭ ਧਰਮ ਸਿੱਖਿਆ ਭਾਈ ਰਾਮ ਸਿੰਘ ਪਾਪੀ ਮਾਰੇ ਪਿੰਡ ਦੇ ਲੋਕਾਂ ਨੂੰ ਕੋਈ ਪਤਨੀ ਪਾਰ ਕੀ ਵਾਪਰ ਗਏ ਘੁੱਲੇ ਨੇ ਬੜੇ ਤਰਲੇ ਪਾ ਕੇ ਆਖਿਆ ਮੇਰਾ ਸਰਦਾਰ ਜਾਣ ਦਿਓ ਰਾਮ ਸਿੰਘ ਆਖਿਆ ਕਾਕਾ ਮਰਬੇ ਤੂੰ ਨਹੀਂ ਸੀ ਮੰਗਦਾ ਤੇਰਾ ਜੈਲਦਾਰ ਮੰਗਦੇ ਜਾ ਕੇ ਘਰ ਕਹਿ ਦਿਓ ਇਹਦੀ ਜੈਲਦਾਰਨੀ ਨੂੰ ਕਿ ਬੱਬਰ ਸੁਰਮੇ ਆਏ ਨੇ ਤੈਨੂੰ 5 ਮਰਬੇ ਦਾ ਆਲਾਮ ਦੇ ਗਏ ਉਹ ਸੰਤੋਖ ਚਲਾ ਘਰ ਨੂੰ ਭੱਜ ਗਿਆ ਜਾ ਕੇ ਖਬਰ ਦਿੱਤੀ ਕਿ ਜੈਲਦਾਰ ਦੀ ਮੌਤ ਹੋ ਗਈ ਗੋਲੀਆਂ ਚੱਲਦੀਆਂ ਉਹਨੇ ਸੁਣ ਲਈਆਂ ਹੁਣ ਬੱਬਰ ਸੁਰਮੇ 2-4 ਗੱਜ ਗਏ ਨੇ ਉਹਨਾਂ ਸੋਚਿਆ ਨੂੰ ਪੁਲਿਸ ਆਵੇਗੀ ਜਿਹਨੂੰ ਕੁਝ ਵੀ ਨਹੀਂ ਪਤਾ ਉਹ ਕੁੱਟੇ ਜਾਣਗੇ ਮਾਰੇ ਜਾਣਗੇ ਪੈਸੇ ਬਟੋਰੇ ਜਾਣਗੇ ਦੱਸਣਾ ਚਾਹੀਦਾ ਹੈ ਇਹ ਕੰਮ ਅਸਾਂ ਕੀਤਾ ਹੈ ਇੱਕ ਚਿੱਠੀ ਲਿਖੀ ਹੈ ਇਹਦੀ ਇੱਕ ਉੱਤੇ ਰੱਖੀਏ ਲਾਗੋ ਵਾਂਗ ਚੁੱਟੇ ਫੜ ਕੇ ਉੱਤੇ ਰੱਖਦੀ ਹੈ ਉਹਦਾ ਬੁਲਾ ਕੇ ਚੁੱਕਣ ਦਿੰਦਾ ਉਹ ਜੈਲਦਾਰ ਦੇ ਮਾਰੇ ਜਾਣ ਦੀ ਖਬਰ ਕਪੂਰਥਲੇ ਪਹੁੰਚੀ ਕਪੂਰਥਲੇ ਰਾਜੇ ਦਾ ਰਾਜ ਹੈ ਰਾਜੇ ਦਾ ਸਦਾ ਠਾਰ ਰਣਬੀਰ ਸਿੰਘ ਠਾਣ ਦਾ ਤੁਰੇ ਆਇਆ ਇਹ ਆ ਕਿ ਜਾਂਦਾ ਮੈਂ ਕਾਤਲ ਫੜ ਲੈਣੇ ਆ ਮੈਨੂੰ ਨਾਮ ਮਿਲੇਗਾ ਮੈਂ DSP ਬਣ ਜਾਵਾਂਗਾ ਪਰ ਜੋ ਆਣ ਕੇ ਮੌਕਾ ਵੇਖਿਆ ਤਾਂ ਇੱਥੋਂ ਜ਼ਮੀਨ ਨਿਕਲ ਗਈ ਉਹਨਾਂ ਵਕੂਆ ਤਿਆਰ ਕੀਤਾ ਕਿੱਧਰੋਂ ਬੰਦੇ ਆਏ ਕਿੱਧਰੋਂ ਗਏ ਉਸ ਮੋਚੀ ਮੁੰਡੇ ਨੇ ਦੱਸਿਆ ਇੱਕ ਤਾਂ ਪਈ ਚਿੱਠੀ ਉਠਾਈ ਪੜ ਲੱਗਿਆ ਜਿਉਂਦਾ ਠਾਂਦਾ ਚਿੱਠੀ ਪੜਦਾ ਏ ਨਾਲੇ ਕੰਬਦਾ ਏ ਚਿੱਠੀ ਕੀ ਲਿਖਿਆ ਬਾਬਰ ਨੇ 3 ਹਿੱਸੇ ਬਾਬਰਾਂ ਲਿਖੇ ਨੇ ਇੱਕ ਪਿੰਡ ਵਾਲੇ ਵਾਸਤੇ ਲਿਖੇ
ਦੂਜਾ ਪੁਲਿਸ ਵਾਸਤੇ ਲਿਖੇ ਤੀਜਾ ਇਲਾਕੇ ਵਾਸਤੇ ਲਿਖੇ ਕੀ ਬੋਲੇ ਚਿੱਠੀ ਦੇ ਸੱਚਖੰਡ ਵਾਸੀ ਸਰਦਾਰ ਪਿਆਰ ਸਿੰਘ ਪੰਛੀ ਤਰਨ ਤਾਰਨ ਦੀ ਲਿਖੀ ਕਵਿਤਾ ਚਾਹ ਲੈਣਾ ਆਪਣੇ ਪਿਆਰ ਨਾਲ ਸਰਣ ਕਰਨਾ ਬਿਸ਼ਨਾ ਸਿੰਘ ਦੀ ਲਾਸ਼ ਕੋਲ ਆਤੇ ਹਾਂ ਬਿਸ਼ਨਾ ਸਿੰਘ ਦੀ ਬਿਸ਼ਨਾ ਸਿੰਘ ਦੀ ਲਾਸ਼ ਕੋਲ ਆਗੇ ਜਾ ਠਾਣੇਦਾਰ ਨੇ ਉੱਤੇ ਇੱਕ ਦੇ ਸਮੇ